ਐਮਐਸਪੀ ਨੂੰ ਲੈ ਕੇ ਤੁਸੀਂ ਵੀ ਅੜੇ ਰਹੇ, ਤੁਸੀਂ ਵੀ ਕਿਹਾ ਕਿ ਦਲੀਲਾਂ ਬਹੁਤ ਦਿੱਤੀਆਂ। ਸਰਕਾਰ ਨੇ ਸਾਨੂੰ ਮੀਟਿੰਗ 'ਤੇ ਸੱਦਿਆ, ਦੋ ਮੀਟਿੰਗਾਂ ਦੇ ਉੱਤੇ ਕੋਈ ਰਿਜ਼ਲਟ ਨਹੀਂ ਨਿਕਲਿਆ, ਲੇਕਿਨ ਕੱਲ੍ਹ ਅਖੀਰ ਸਰਕਾਰ ਨੂੰ ਇਹਦੇ 'ਤੇ ਆਉਣਾ ਪਿਆ, ਆਪਣੀ ਗੱਲ ਕਰਨ ਦੇ ਉੱਤੇ ਉਹਨਾਂ ਨੂੰ ਆਉਣਾ ਪਿਆ। ਅਸੀਂ ਦਲੀਲਾਂ ਰੱਖੀਆਂ, ਅਸੀਂ ਇੰਨੀ ਕੁ ਗੱਲ ਦੇ ਵਿੱਚ ਸੰਤੁਸ਼ਟ ਹਾਂ ਕਿ ਉਹਨਾਂ ਨੂੰ ਅਸੀਂ ਇਸ ਗੱਲ 'ਤੇ ਲੈ ਜਾਂਦਾ ਕਿ ਉਹਨਾਂ ਨੇ ਕਿਹਾ ਵੀ ਅਸੀਂ ਫਰੇਮਵਰਕ ਕਰਕੇ ਆਵਾਂਗੇ। ਉਹ ਕਹਿ ਰਹੇ ਸੀਗੇ ਕਿ MSP ਦਾ ਤਾਂ ਹੋ ਹੀ ਨਹੀਂ ਸਕਦੀ, ਇਹ ਤਾਂ ਇੰਨੇ ਰੁਪਈਏ ਲੱਗਣਗੇ, ਤਾਂ ਐਂ ਹੋਊਗੀ, ਇਹ ਤਾਂ ਐਂ ਹੋਊਗੀ। ਕੋਲ ਦਿਖਾਏ ਉਹਨਾਂ ਨੂੰ ਅਥਰੂ ਗੈਸ ਦੇ ਗੋਲਿਆਂ ਦੇ, ਜਿਹੜਾ ਤੁਸੀਂ ਲੈ ਕੇ ਉਹ ਸਭ ਕੁਝ ਦਿਖਾਇਆ, ਉਹਨਾਂ ਤੋਂ ਲੋਕਾਂ ਨੂੰ ਬੜੀ ਖੁਸ਼ੀ ਹੋਈ ਕਿ ਹਾਂ ਯਾਰ, ਸਾਡੇ ਆਗੂ ਨੇ ਸਾਡੀ ਗੱਲ ਤਾਂ ਰੱਖੀ, ਅਸੀਂ ਇੱਥੇ ਖਾਈ ਜਾਂਦੇ ਹਾਂ ਸਭ ਕੁਝ, ਅਸੀਂ ਜ਼ਖਮੀ ਹੋਈ ਜਾਂਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣ ਲਈ ਕੱਲ੍ਹ ਮਜਬੂਰ ਹੋ ਗਿਆ ਕਿ ਬਈ ਜਾਂਦਿਆਂ ਨੂੰ ਬੰਦ ਕਰੋ, ਨਹੀਂ ਫਿਰ ਮੈਂ ਕਾਰਵਾਈ ਕਰੂੰਗਾ। CM ਮਾਨ ਕਹਿੰਦੇ, CM ਮਾਨ ਨੂੰ ਇਹ ਕਹਿਣਾ ਪੈ ਗਿਆ। ਉਹਨਾਂ ਦੀ ਤਾਂ ਇੱਕੋ ਹੀ ਗੱਲ ਸੀਗੀ ਕਿ ਆਪ ਸ਼ਾਂਤੀ ਬਣਾ ਕੇ ਰੱਖੇ, ਹਮ ਉਨਕੋ ਵੀ ਬੋਲ ਦੇਤੇ ਹੈ, ਇਹੀ ਗੱਲ ਕਹੀ ਗਈ। ਹਾਂ, ਅਸੀਂ ਚਲੋ ਫਿਰ ਵੀ ਅਸੀਂ ਕਿਹਾ ਕਿ ਇਹ ਹੱਦ ਪੰਜਾਬ ਦੀ ਹੈ ਜੀ, ਇਹ ਪੰਜਾਬ ਦੇ ਇਲਾਕੇ ਦੇ ਵਿੱਚ, ਪੰਜਾਬ ਦੀ ਜੁਰਿਸਡਿਕਸ਼ਨ ਦੇ ਵਿੱਚ ਆ ਕੇ ਅਗਰ ਇਹ ਹੋ ਰਿਹਾ ਤਾਂ ਇਹ ਕਾਨੂੰਨ ਅਪਰਾਧ ਹੈ। ਸ਼ਹੀਦ ਹੋਇਆ ਇੱਕ ਕਿਸਾਨ, ਸਵੇਰੇ ਸਵੇਰੇ ਮੰਦਭਾਗੀ ਖਬਰ ਸਾਹਮਣੇ ਆਈ ਹੈ, ਤੁਸੀਂ ਗੱਲਬਾਤ ਕੀਤੀ ਉਹਨਾਂ ਪਰਿਵਾਰ ਦੇ ਨਾਲ? ਕੱਲ੍ਹ ਨੂੰ ਉਹਨਾਂ ਦਾ ਸੰਸਕਾਰ ਹੋਏਗਾ, ਉਦੋਂ ਅਸੀਂ ਸਾਰੇ ਜਾਣੇ ਵੱਡੀ ਗਿਣਤੀ 'ਚ ਲੀਡਰ ਸਾਹਿਬਾਨ ਉੱਥੇ ਅਸੀਂ ਜਾਣਾ। ਬਸ 18 ਤਰੀਕ ਦੀ ਮੀਟਿੰਗ, ਫੈਸਲਾ ਕੁੰਨ ਮੀਟਿੰਗ ਹੈ, ਜੇ ਹਾਲ ਨਿਕਲਦਾ ਠੀਕ ਹੈ, ਜੇ ਨਹੀਂ ਨਿਕਲਦਾ ਫਿਰ ਦਿੱਲੀ ਜਾਊਂਗੇ। ਡਲੇਵਾ ਸਾਹਿਬ, ਪਹਿਲਾਂ ਤਾਂ ਸਿਹਤ ਠੀਕ ਹੈ ਤੁਹਾਡੀ? ਸਿਹਤ ਠੀਕ ਹੈ, ਵਾਹਿਗੁਰੂ ਜੀ। ਕੱਲ੍ਹ ਮੀਟਿੰਗ ਹੋਈ, ਬੜਾ ਲੰਮਾ ਸਮਾਂ ਵੇਟ ਕੀਤੀ ਸਭ ਨੇ, ਬਹੁਤ ਉਮੀਦਾਂ ਸੀ, ਆਸਾਂ ਸੀ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਵੀ, ਤੁਹਾਡਾ ਉਡੀਕ ਰਹੇ ਸੀ ਕਿ ਕਿਵੇਂ ਫੈਸਲਾ ਹੋਊਗਾ, ਤਾਂ ਕਿਵੇਂ ਰਹੀ ਮੀਟਿੰਗ? ਦੇਖੋ, ਮੈਂ ਫਿਰ ਇੱਕ ਬੇਨਤੀ ਕਰਾਂ, ਜਿਹੜੀ ਸਰਕਾਰਾਂ ਦੇ ਰਵੱਈਏ ਹੁੰਦੇ ਨੇ ਨਾ, ਸਰਕਾਰਾਂ ਦੇ ਰਵੱਈਏ ਜਿਹੋ ਜਿਹੇ ਵੀ ਹੋਣ, ਜਿੰਨੇ ਟੈਕਟਿਸ ਸਰਕਾਰ ਖੇਡਣ ਜਾਣਦੀ ਹੁੰਦੀ ਹੈ, ਸਾਨੂੰ ਵੀ ਉਦੋਂ ਵੱਧ ਦਾ ਪੇਚ ਆਉਣੇ ਚਾਹੀਦੇ ਨੇ। ਸਰਕਾਰ ਨੇ ਸਾਨੂੰ ਮੀਟਿੰਗ 'ਤੇ ਸੱਦਿਆ, ਦੋ ਮੀਟਿੰਗਾਂ ਦੇ ਉੱਤੇ ਕੋਈ ਰਿਜ਼ਲਟ ਨਹੀਂ ਨਿਕਲਿਆ, ਲੇਕਿਨ ਕੱਲ੍ਹ ਅਖੀਰ ਸਰਕਾਰ ਨੂੰ ਇਹਦੇ 'ਤੇ ਆਉਣਾ ਪਿਆ, ਆਪਣੀ ਗੱਲ ਕਰਨ ਦੇ ਉੱਤੇ ਉਹਨਾਂ ਨੂੰ ਆਉਣਾ ਪਿਆ। ਐਮਐਸ ਉਲਝਾਇਆ ਫਿਰ ਤੁਸੀਂ? ਹਾਂ, ਹੁਣ ਅਗਲੀ ਜਿਹੜੀ ਗੱਲ ਹੈ ਕਿ ਅੱਜ ਮੈਨੂੰ ਪਤਾ ਲੱਗਿਆ ਕਿ ਜਿਹੜੇ ਮੰਤਰੀ ਇੱਥੇ ਆਏ ਸੀ ਸਾਡੇ ਕੋਲ, ਉਹਨਾਂ ਮੰਤਰੀਆਂ ਦੀ ਆਪਸ ਵਿੱਚ ਦਿੱਲੀ ਦੇ ਵਿੱਚ ਮੀਟਿੰਗ ਚੱਲ ਰਹੀ ਹੈ। ਅੱਛਾ, ਹੁਣ ਮੀਟਿੰਗ ਚੱਲ ਰਹੀ ਹੈ। ਅੱਛਾ, ਇਹਦਾ ਅਗਲੀ ਵਾਰ ਭਾਈ ਪੂਰੀ ਤਿਆਰੀ ਕਰਕੇ ਆਓ, ਇਹਨਾਂ ਨੇ ਰਾਹ ਨਹੀਂ ਦੇਣਾ। ਅਗਲੀ ਗੱਲ, ਸੋ ਇਸ ਕਰਕੇ ਸਾਨੂੰ ਜਿਹੜਾ ਸਰਕਾਰ ਨੇ ਟਾਈਮ ਮੰਗਿਆ ਸਾਥੋਂ, ਅਸੀਂ ਮੀਟਿੰਗ ਦਾ ਉਹਨਾਂ ਨੂੰ ਟਾਈਮ ਦਿੱਤਾ, ਠੀਕ ਆ, ਅਸੀਂ ਆਵਾਂਗੇ, ਕੋਈ ਗੱਲ ਨਹੀਂ ਹੈ। ਅਸੀਂ ਸਾਰੇ ਦਾਅ ਪੇਚ ਸਮਝਦੇ ਹਾਂ ਕਿ ਸਰਕਾਰ ਕੀ ਚਾਹੁੰਦੀ ਹੈ। MSP ਨੂੰ ਲੈ ਕੇ ਰੇੜਕਾ ਬਣਿਆ ਰਿਹਾ, MSP ਨੂੰ ਲੈ ਕੇ ਤੁਸੀਂ ਵੀ ਅੜੇ ਰਹੇ, ਤੁਸੀਂ ਵੀ ਕਿਹਾ ਕਿ ਦਲੀਲਾਂ ਬਹੁਤ ਦਿੱਤੀਆਂ, ਅਤੇ MSP ਨੂੰ ਲੈ ਕੇ ਜ਼ਿਆਦਾਤਰ ਗੱਲ ਹੋਈ। ਮਿਹਰਬਾਨੀ ਆਸ਼ੀਰਵਾਦ ਜਿਹੜੇ ਆ ਦੇਖ ਸਕਦੇ ਤੁਸੀਂ ਦੇ ਰਹੇ ਨੇ ਡਲੇਵਾ ਸਾਹਿਬ। ਮੈਂ ਡਲੇਵਾ ਸਾਹਿਬ, MSP ਨੂੰ ਲੈ ਕੇ ਰੇੜਕਾ ਜਿਹੜਾ ਬਣਿਆ ਰਿਹਾ? ਹਾਂ, ਦੇਖੋ, ਜਿਹੜਾ MSP ਨੂੰ ਲੈ ਕੇ ਰੇੜਕਾ, ਇਹ ਬਹੁਤ ਵੱਡਾ ਰੇੜਕਾ ਹੈ। ਸਵਾਲ ਸਮਝਣ ਦੀ ਲੋੜ ਇਹ ਹੈ ਕਿ ਜਦੋਂ ਇਹ ਰੇੜਕਾ ਪੈਂਦਾ ਹੈ ਨਾ, ਇਹਦੀ ਜਿੰਨਾ ਚਿਰ ਜੜ ਨੂੰ ਨਹੀਂ ਅਸੀਂ ਸਮਝਦੇ, ਉਨਾ ਚਿਰ ਅਸੀਂ ਇਹ ਲੜਾਈ ਨੂੰ ਜਿੱਤ ਨਹੀਂ ਸਕਦੇ। ਇਹਦੀ ਲੜਾਈ ਹੈ ਜਿਹੜੀ ਨਾ MSP ਦੀ, ਸਰਕਾਰ ਕਿਉਂ ਅੜਦੀ ਹੈ? ਇੱਕ ਕਹਾਵਤ ਹੈ ਕਿ ਜਿਹੜੀ ਬਾਂਦਰੀ ਹੈ, ਬੱਚਾ ਮਰ ਜਾਣ ਤੋਂ ਬਾਅਦ ਵੀ ਨਹੀਂ ਛੱਡਦੀ, ਲੇਕਿਨ ਇਹ ਵੀ ਉਹਦਾ ਇਤਿਹਾਸ ਹੈ ਕਿ ਜਦੋਂ ਆਪਦੇ ਪੈਰ ਮੱਚਦੇ ਹੈ ਨਾ, ਉਦੋਂ ਨੂੰ ਚੱਕ ਕੇ ਆਪਦੇ ਬੱਚੇ ਨੂੰ ਆਪਦੇ ਥੱਲੇ ਰੱਖ ਲੈਂਦੀ ਹੈ। ਸੋ ਇਸ ਕਰਕੇ
ਜਿਹੜੇ ਕੁਰਸੀ ਵਾਲੇ ਲੋਕ ਹੁੰਦੇ ਨੇ ਜਿੱਥੋਂ ਇਹਨਾਂ ਨੂੰ ਕੁਰਸੀ ਮਿਲਦੀ ਹੈ ਪ੍ਰਾਇਓਰਟੀ ਉਹਨਾਂ ਨੂੰ ਦਿੰਦੇ ਨੇ, ਪਰ ਜਦੋਂ ਕੁਰਸੀ ਜਾਣ ਦੇ ਵਿੱਚ ਹਾਲਾਤ ਬਣਦੇ ਨੇ ਉਸ ਵੇਲੇ ਫਿਰ ਇਹ ਸਿੱਧੇ ਰਸਤੇ ਤੇ ਆਉਂਦੇ ਨੇ। ਤੁਸੀਂ ਸੰਤੁਸ਼ਟ ਹੋ ਮੀਟਿੰਗ ਤੋਂ? ਨਹੀਂ ਸੰਤੁਸ਼ਟ, ਦੇਖੋ ਇਸ ਗੱਲ ਨਾਲ ਕਿਉਂਕਿ ਦਲੀਲਾਂ ਰੱਖੀਆਂ ਤੁਸੀਂ ਵੀ। ਅਸੀਂ ਦਲੀਲਾਂ ਰੱਖੀਆਂ, ਅਸੀਂ ਇੰਨੀ ਕੁ ਗੱਲ ਦੇ ਵਿੱਚ ਸੰਤੁਸ਼ਟ ਹਾਂ ਕਿ ਉਹਨਾਂ ਨੂੰ ਅਸੀਂ ਇਸ ਗੱਲ ਤੇ ਲੈ ਆਂਦਾ ਕਿ ਉਹਨਾਂ ਨੇ ਕਿਹਾ ਵੀ ਅਸੀਂ ਫਰੇਮਵਰਕ ਕਰਕੇ ਆਵਾਂਗੇ। ਅੱਛਾ, ਜਿਹੜੀ ਗੱਲ ਉਹ ਕਹਿ ਰਹੇ ਸੀਗੇ ਕਿ MSP ਦਾ ਤਾਂ ਹੋ ਹੀ ਨਹੀਂ ਸਕਦੀ, ਇਹ ਤਾਂ ਇੰਨੇ ਰੁਪਈਏ ਲੱਗਣਗੇ ਤਾਂ ਐਂ ਹੋਊਗੀ, ਇਹ ਤਾਂ ਐਂ ਹੋਊਗੀ, ਲੇਕਿਨ ਉਹ ਇਸ ਗੱਲ ਤੇ ਆ ਗਏ ਕਿ ਅਸੀਂ ਫਰੇਮਵਰਕ ਕਰਕੇ ਆਵਾਂ। ਇੱਕ ਤੁਸੀਂ ਜਿਹੜਾ ਖੋਲ ਦਿਖਾਏ ਉਹਨਾਂ ਨੂੰ ਅਥਰੂ ਗੈਸ ਦੇ ਗੋਲਿਆਂ ਦੇ ਜਿਹੜਾ ਤੁਸੀਂ ਲੈ ਗਏ ਉਹ ਸਭ ਕੁਝ ਦਿਖਾਇਆ, ਉਹਨਾਂ ਤੋਂ ਲੋਕਾਂ ਨੂੰ ਬੜੀ ਖੁਸ਼ੀ ਹੋਈ ਕਿ ਹਾਂ ਯਾਰ ਸਾਡੇ ਆਗੂ ਨੇ ਸਾਡੀ ਗੱਲ ਤਾਂ ਰੱਖੀ, ਅਸੀਂ ਇੱਥੇ ਖਾਈ ਜਾਂਦੇ ਹਾਂ ਸਭ ਕੁਝ, ਅਸੀਂ ਜ਼ਖਮੀ ਹੋਈ ਜਾਂਦੇ ਹਾਂ, ਪਰ ਜਦੋਂ ਇਹ ਗੱਲ ਖਬਰ ਸਾਹਮਣੇ ਆਈ ਕਿ ਤੁਸੀਂ ਸਾਰਾ ਕੁਝ ਦਿਖਾਇਆ ਤਾਂ ਲੋਕ ਬੜੇ ਖੁਸ਼ ਹੋਏ ਕਿ ਹਾਂ ਯਾਰ ਸਾਡੇ ਪ੍ਰਧਾਨ ਸਾਹਿਬ ਨੇ ਜਿਹੜਾ ਬਹੁਤ ਸਾਡਾ ਜਿਹੜਾ ਸਭ ਕੁਝ ਅਸੀਂ ਤਸ਼ੱਦਦ ਝੱਲਿਆ ਉਹਦੇ ਬਾਰੇ ਗੱਲ ਤਾਂ ਕੀਤੀ ਕੇਂਦਰੀ ਮੰਤਰੀ ਸਾਹਿਬ। ਫਰਜ਼ੀ ਬੰਦਾ ਸੀਗਾ ਸਾਡੇ, ਦੇਖੋ ਕੀ ਕਹਿਣਾ ਸੀ ਫਿਰ ਉਹਨਾਂ ਦਾ, ਉੱਥੋਂ ਤੀਕਰ ਅਸੀਂ ਇੱਥੋਂ ਤੀਕਰ ਲੈ ਆਂਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣ ਲਈ ਕੱਲ ਮਜਬੂਰ ਹੋ ਗਿਆ ਕਿ ਬਈ ਜਾਂ ਤਾਂ ਇਹਨੂੰ ਬੰਦ ਕਰੋ ਨਹੀਂ ਫਿਰ ਮੈਂ ਕਾਰਵਾਈ ਕਰੂੰਗਾ। ਸੀਐਮ ਮਾਨ ਕਹਿੰਦੇ, ਸੀਐਮ ਮਾਨ ਨੂੰ ਇਹ ਕਹਿਣਾ ਪੈ ਗਿਆ। ਇਹਦਾ ਮਤਲਬ ਕੀ ਨਿਕਲਦਾ ਹੈ ਕਿ ਉਹਦੇ ਉਹ ਸਾਰਿਆਂ ਨੇ ਮਹਿਸੂਸ ਕੀਤਾ ਉਹ ਜਿਹੜਾ ਮੋਰਟਾਰ ਸਿੱਟਿਆ ਜਾ ਰਿਹਾ ਸਾਡੇ ਨੌਜਵਾਨਾਂ ਤੇ ਸਾਡੇ ਲੋਕਾਂ ਤੇ। ਕੇਂਦਰੀ ਮੰਤਰੀ ਨੇ ਜਵਾਬ ਦਿੱਤਾ ਇਸ ਗੱਲ ਤੇ ਕੁਝ? ਕਹਿੰਦੇ ਕੋ ਕੇਂਦਰੀ ਮੰਤਰੀ ਜਿਨ੍ਹਾਂ ਦੇ ਇਸ਼ਾਰਿਆਂ ਤੇ ਸਭ ਕੁਝ ਹੋ ਰਿਹਾ ਹੈ ਉਹ ਕਿਉਂ ਜਵਾਬ ਦੇਣਗੇ? ਉਹਨਾਂ ਦੀ ਤਾਂ ਇੱਕੋ ਹੀ ਗੱਲ ਸੀਗੀ ਕਿ ਆਪ ਸ਼ਾਂਤੀ ਬਣਾ ਕੇ ਰੱਖੇ, ਹਮ ਉਨਕੋ ਵੀ ਬੋਲ ਦਿੱਤੇ ਹੈ। ਅੱਛਾ, ਇਹੀ ਗੱਲ ਕਹੀ ਗਈ। ਹਾਂ, ਅਸੀਂ ਚਲੋ ਫਿਰ ਵੀ ਅਸੀਂ ਕਿਹਾ ਕਿ ਇਹ ਹੱਦ ਪੰਜਾਬ ਦੀ ਹੈ ਜੀ, ਇਹ ਪੰਜਾਬ ਦੇ ਇਲਾਕੇ ਦੇ ਵਿੱਚ ਪੰਜਾਬ ਦੀ ਜੁਰਿਸਡਿਕਸ਼ਨ ਦੇ ਵਿੱਚ ਆ ਕੇ ਅਗਰ ਇਹ ਹੋ ਰਿਹਾ ਹੈ ਤਾਂ ਇਹ ਕਾਨੂੰਨ ਅਪਰਾਧ ਹੈ। ਅਗਰ ਉੱਥੇ ਕੋਈ ਘਟਨਾ ਜ਼ਿਆਦਾ ਵੱਧ ਗਈ ਫਿਰ ਅਸੀਂ ਇਸ ਚੱਕਰ 'ਚ ਫਸਾਵਾਂਗੇ। ਔਰ ਇਹ ਮਤਲਬ ਸਾਡੇ ਮੁੱਖ ਮੰਤਰੀ ਨੇ ਵੀ ਖੈਰ ਗੱਲ ਕਹੀ ਉੱਥੇ। ਇਹ ਗੱਲ ਇੱਕ ਅੱਜ ਸ਼ਹੀਦ ਹੋਇਆ ਇੱਕ ਕਿਸਾਨ, ਸਵੇਰੇ ਸਵੇਰੇ ਮੰਦਭਾਗੀ ਖਬਰ ਸਾਹਮਣੇ ਆਈ ਹੈ, ਤੁਸੀਂ ਗੱਲਬਾਤ ਕੀਤੀ ਉਹਨੇ ਪਰਿਵਾਰ ਦੇ ਨਾਲ? ਦੇਖੋ ਬੜਾ ਦੁੱਖ ਹੋਇਆ, ਕੱਲ੍ਹ ਨੂੰ ਸਾਡੇ ਪਰਿਵਾਰ ਦਾ ਹੀ ਹੈ ਇੱਕ ਕਿਸਾਨ ਜਿਹੜਾ ਸ਼ਹੀਦ ਹੋਇਆ, ਕੱਲ੍ਹ ਨੂੰ ਉਹਦਾ ਸੰਸਕਾਰ ਕਰਨਾ। ਅੱਜ ਸਾਰਾ ਦਿਨ ਅਸੀਂ ਉਹਦੀ ਜਿਹੜੀਆਂ ਪ੍ਰਕਿਰਿਆਵਾਂ ਉਹ ਇੱਥੋਂ ਦੀਆਂ ਜਿਹੜੀਆਂ ਦਫ਼ਤਰੀ ਪ੍ਰਕਿਰਿਆਵਾਂ ਸੀਗੀਆਂ ਉਹ ਪੂਰੀਆਂ ਕਰਾਈਆਂ, ਪ੍ਰਸ਼ਾਸਨ ਨੂੰ ਮਿਲਿਆ, ਉਹਨਾਂ ਦਾ ਪੋਸਟਮਾਰਟਮ ਹੋਇਆ। ਹੁਣ ਥੋੜ੍ਹੇ ਚਿਰ ਬਾਅਦ ਉਹਨਾਂ ਦੀ ਡੈੱਡ ਬੋਡੀ ਆਏਗੀ, ਸਾਰੇ ਉਹਨੂੰ ਮਤਲਬ ਸਲੂਟ ਕਰਾਂਗੇ, ਸਲਾਮ ਕਰਾਂਗੇ ਉਹਨਾਂ ਨੂੰ, ਉਹਨਾਂ ਦਾ ਅਸੀਂ ਸਤਿਕਾਰ ਵਜੋਂ ਹੁਣ ਵੀ ਸਟੇਜ ਤੋਂ ਮਤਲਬ 2 ਮਿੰਟ ਬੋਲ ਕੇ ਆਏ ਅਸੀਂ। ਤੋ ਕੱਲ੍ਹ ਨੂੰ ਉਹਨਾਂ ਦਾ ਸੰਸਕਾਰ ਹੋਏਗਾ, ਉਦੋਂ ਅਸੀਂ ਸਾਰੇ ਜਾਣੇ ਵੱਡੀ ਗਿਣਤੀ 'ਚ ਲੀਡਰ ਸਾਹਿਬਾਨ ਉੱਥੇ ਅਸੀਂ ਜਾਣਾ। ਗੱਲਬਾਤ ਸਾਹਿਬ, ਆਖਰੀ ਸਵਾਲ ਹੈ, 18 ਤਰੀਕ ਦੀ ਮੀਟਿੰਗ, ਫੈਸਲਾ ਕੁੰਨ ਮੀਟਿੰਗ ਹੈ, ਜੇ ਹਾਲ ਨਿਕਲਦਾ ਠੀਕ ਹੈ, ਜੇ ਨਹੀਂ ਨਿਕਲਦਾ ਫਿਰ ਦਿੱਲੀ ਜਾਊਂਗੇ? ਨਹੀਂ, ਸਵਾਲ ਇਹ ਨਹੀਂ ਹੁੰਦਾ, ਸਵਾਲ ਇਹ ਹੈ ਕਿ ਅਸੀਂ ਮੰਗ ਮਨਾਉਣੀ ਆ, ਸਾਡਾ ਧਿਆਨ ਕੰਸਟਰੇਟ ਮੰਗ 'ਤੇ ਹੋਣਾ ਚਾਹੀਦਾ ਕਿ ਅਸੀਂ ਉਹਨੂੰ ਮਨਾਉਣਾ ਹੈ, ਸਾਡੀ ਕਿੰਨੀ ਕਾਬਲੀਅਤ ਹੈ ਆਪਦੀ ਗੱਲ ਰੱਖਣ ਦੀ, ਅਸੀਂ ਉਹ ਰੱਖ ਰਹੇ ਹਾਂ। ਅਗਰ ਉਹ ਸਾਡੇ ਕੋਲੋਂ ਲੈ ਲਏ, ਇੱਕ ਮੀਟਿੰਗ ਕਰ ਲਏ, ਦੋ ਕਰ ਲੈਣ, ਚਾਰ ਕਰ ਲੈਣ, 10 ਕਰ ਲੈਣ, ਜਿੰਨੀਆਂ ਮਰਜ਼ੀ ਕਰ ਲੈਣ, ਅਸੀਂ ਮੀਟਿੰਗਾਂ ਤੋਂ ਨਹੀਂ ਭਜਦੇ। ਕਿਉਂ ਨਹੀਂ ਭਜਦੇ? ਕਿਉਂਕਿ ਜੇ ਅਸੀਂ ਅੱਜ ਡੈੱਡ ਲੋਕ ਕਰ ਦਈਏ ਨਾ ਫਿਰ ਕੀ ਆਊਗਾ ਭਲਾ, ਫਿਰ ਉਹ ਸਰਕਾਰ ਕੀ ਕਹੂਗੀ? ਦੇਖੋ ਦੇਖੀਏ ਜੀ, ਹਮ ਤੋ ਕਿਸਾਨੋ ਕੇ ਸਾਥ ਬਾਤਚੀਤ ਕਰਨੇ ਕੇ ਲੀਏ ਤਿਆਰ ਹਾਂ, ਕਿਸਾਨੋ ਨੇ ਹਮਾਰੀ ਬੈਠਕ ਠੁਕਰਾ ਦੀ, ਇਹ ਗੱਲ ਨਿਕਲ ਕੇ ਬਾਹਰ ਆਏਗੀ। ਔਰ ਉਹ ਫਿਰ ਸਾਡੇ ਖਿਲਾਫ਼ ਜਿਹੜਾ ਦਿੱਲੀ ਦਾ ਮੀਡੀਆ ਉਹ ਧੰਨੋ ਤਾਰ ਪ੍ਰਚਾਰ ਕਰੂਗਾ ਔਰ ਪੂਰੇ ਦੇਸ਼ ਜਾਊਗਾ। ਤਾਂ ਕੋਈ BJP ਲੀਡਰ ਇਹ ਵੀ ਕਹਿ ਰਿਹਾ, ਕਹਿੰਦੇ 15 ਦਿਨਾਂ ਬਾਅਦ ਤਾਂ 20 ਦਿਨਾਂ ਬਾਅਦ ਕੋਡ ਆਫ ਕੰਡਕਟ ਲੱਗ ਜੂਗਾ, ਕਹਿੰਦੇ ਕਿਸਾਨ ਤਾਂ ਐਵੇਂ ਕਰੀ ਜਾਂਦੇ ਨੇ। ਉਹਨਾਂ ਦਾ ਭੁਲੇਖਾ ਹੈ, ਜੇ ਕੋਡ ਆਫ ਕੰਡਕਟ ਲੱਗ ਜਾਏਗਾ ਸਰਕਾਰ BJP ਹੋ ਸਕਦਾ ਸੋਚਦੀ ਹੋਵੇ, ਜਾਂ ਸਾਡੇ ਕੇਂਦਰ ਦੀ ਸਰਕਾਰ ਇਹ ਸੋਚਦੀ ਹੋਵੇ ਕਿ ਬਈ ਕੋਡ ਆਫ ਕੰਡਕਟ ਲੱਗ ਜਾਏਗਾ। ਹੁਣ ਜੇ ਇੱਥੋਂ ਸਾਡੇ ਲੋਕਾਂ ਦਾ ਮਸਲਾ ਹੱਲ ਨਹੀਂ ਹੋਏਗਾ ਤਾਂ ਸਾਡੀ ਮਜਬੂਰੀ ਬਣੇਗੀ ਕਿ ਆਉਣ ਵਾਲੀ ਸਰਕਾਰ ਨੂੰ
ਸਾਡੇ ਇਹਨਾਂ ਮੁੱਦਿਆਂ ਨੂੰ ਉਹਨਾਂ ਨੂੰ ਆਪਦੇ ਚੋਣ ਮੈਨੀਫੈਸਟੋ 'ਚ ਪਾਉਣਾ ਪਵੇ, ਬੈਠਣਾ ਪਵੇਗਾ। ਅਸੀਂ ਬੈਠੇ ਹਾਂ, ਮੰਨ ਲਓ ਕੱਲ੍ਹ ਨੂੰ ਸਰਕਾਰ ਬਣ ਕੇ ਹੋਰ ਆ ਜਾਂਦੀ ਹੈ ਤਾਂ ਜਿਹੜੀ ਸਰਕਾਰ ਬਣ ਕੇ ਆਊਗੀ ਉਹਨੂੰ ਸਾਡੇ ਮੁੱਦਿਆਂ ਦੇ ਉੱਤੇ ਲਪੇਟਾਂਗੇ। ਅਗਲੀ ਗੱਲ ਹੈ ਇਹ, ਜੇ ਅਸੀਂ ਬੈਠੇ ਹਾਂ, ਜੇ ਲੱਗਦਾ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਉਹਨਾਂ ਦੀ ਮਰਜ਼ੀ ਹੈ, ਫਿਰ ਦੇਖਾਂਗੇ ਸਾਡੇ ਬੈਠਣ ਦਾ ਕੋਈ ਅਸਰ ਪੈਂਦਾ ਕਿ ਨਹੀਂ ਪੈਂਦਾ। ਰਾਹੁਲ ਗਾਂਧੀ ਕਹਿੰਦੇ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਲਿਖਤੀ ਰੂਪ ਦੇ ਵੀ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ। ਦੇਖੋ ਰਾਹੁਲ ਗਾਂਧੀ, ਜੇ ਤੁਹਾਨੂੰ ਇਹ ਗੱਲ ਦਾ ਨਹੀਂ ਪਤਾ, ਰਾਹੁਲ ਗਾਂਧੀ ਵਿਚਾਰਾ ਮਤਲਬ ਮੈਨੂੰ ਲੱਗਦਾ ਉਹ ਤਾਂ ਛੋਟਾ ਹੋਊਗਾ ਜਦੋਂ ਦੀਆਂ ਗੱਲਾਂ ਨੇ। 1994 ਦੇ ਵਿੱਚ ਜਿਸ ਵੇਲੇ ਹਿੰਦੁਸਤਾਨ ਵੱਲੋਂ ਇੱਕ ਸਮਝੌਤਾ ਸਾਈਨ ਕੀਤਾ ਜਾਂਦਾ ਹੈ, ਉਹ ਨਰਸਿਮਹਾ ਰਾਓ ਵੱਲੋਂ ਕੀਤਾ ਜਾਂਦਾ ਹੈ, ਉਹ ਕਿਹਦਾ ਹੈ? ਇਹਨਾਂ ਦਾ ਹੀ ਹੈ। ਨਹਿਰੂ ਕਿਹਦਾ ਹੈ? ਜਦੋਂ ਸਾਡੇ ਸੰਵਿਧਾਨ ਦੇ ਵਿੱਚ 1952 'ਚ ਇੱਕ ਸੋਧ ਕਰਕੇ ਇਹ ਕਿਹਾ ਜਾਂਦਾ ਹੈ ਕਿ ਆਹ ਨੌਵਾਂ ਸ਼ਡਿਊਲ ਇਸ ਸੰਵਿਧਾਨ ਨੂੰ ਹੋਰ ਦਿੱਤਾ ਜਾਂਦਾ ਹੈ, ਇਹਦੇ ਵਿੱਚ ਕਿੰਨੇ ਵੀ ਕਾਨੂੰਨ ਦਰਜ ਹੋਣਗੇ ਉਹਨਾਂ ਕਾਨੂੰਨਾਂ ਦੇ ਖਿਲਾਫ ਦੇਸ਼ ਦੇ ਲੋਕ ਕੋਰਟ ਨਹੀਂ ਜਾ ਸਕਣਗੇ। ਸਾਡਾ ਕੋਰਟ ਜਾਣ ਦਾ ਹੱਕ ਹੋ ਲਿਆ, ਕਿਹਦੀ ਉਹ ਕੌਣ ਸੀ ਉਦੋਂ? ਉਸ ਤੋਂ ਵੀ ਬਾਅਦ ਸਾਡੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਆਧਾਰ ਬਣਾ ਕੇ ਇੱਕ ਕਮਿਸ਼ਨ ਬਣਿਆ। 2004 ਤੋਂ ਲੈ ਕੇ 2006 'ਚ ਉਹਦੀ ਰਿਪੋਰਟ ਆ ਗਈ। 2006 ਤੋਂ ਲੈ ਕੇ 2014 ਤੱਕ ਸੱਤਾ 'ਤੇ ਕੌਣ ਰਿਹਾ? ਉਹਨਾਂ ਦੀ ਪਾਰਟੀ। ਉਹਨਾਂ ਨੇ ਅੱਜ ਤੱਕ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ। ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ, ਲੇਕਿਨ ਅਸੀਂ ਤਾਂ ਫਿਰ ਵੀ ਧੰਨਵਾਦ ਕਰਾਂਗੇ ਅੱਜ ਜੇ ਉਹ ਕਹਿ ਰਹੇ ਨੇ ਕਿ ਅਸੀਂ ਲਾਗੂ ਕਰਾਂਗੇ, ਚੰਗੀ ਗੱਲ ਹੈ। ਆਉਣ ਵਾਲੀ ਸਰਕਾਰ ਦੇ ਵਿੱਚ ਜੇ ਅੱਜ ਉਹ ਇਹ ਸਾਡੇ ਨਾਲ ਕਮਿਟਮੈਂਟ ਕਰ ਰਹੇ ਨੇ, ਆਉਣ ਵਾਲੀ ਸਰਕਾਰ 'ਚ ਅਸੀਂ ਘੱਟੋ ਘੱਟ ਉਹਨਾਂ ਨੂੰ ਘੇਰੇ ਨਾਲ ਤਾਂ ਬਣਾਂਗੇ। ਬਹੁਤ ਬਹੁਤ ਧੰਨਵਾਦ ਡੱਲੇਵਾਲ ਸਾਹਿਬ। ਤਾਂ ਹੁਣ ਸਾਰੀਆਂ ਜਿਹੜੀਆਂ ਨੇ ਨਿਗਾਹਾਂ ਟਿੱਕੀਆਂ ਨੇ 18 ਤਰੀਕ ਨੂੰ ਹੋਣ ਵਾਲੀ ਮੀਟਿੰਗ ਦੇ ਉੱਪਰ ਕਿ ਕਿਸਾਨ ਦਿੱਲੀ ਕੁਝ ਕਰਦੇ ਜਾਂ ਫਿਰ ਕੇਂਦਰ ਸਰਕਾਰ ਮੰਗਾਂ ਮਰ ਰਹਿੰਦੀ ਹੈ। ਇਹ ਸਨ ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ, ਜਿਨ੍ਹਾਂ ਨੇ ਸਾਰੀ ਮੀਟਿੰਗ ਦੇ ਬਾਰੇ ਕੱਲ੍ਹ ਜਿਹੜੀ ਹੋਈ ਉਸ ਦੇ ਬਾਰੇ ਚਰਚਾ ਕੀਤੀ ਅਤੇ ਹੋਰ ਗੱਲਾਂ ਬਾਤਾਂ ਕੀਤੀਆਂ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਸਵਾਲ ਸੀ। ਕੈਮਰਾ ਪਰਸਨ ਵਿਕਰਮ ਦੇ ਨਾਮ ਮਨਦੀਪ ਜੋਸ਼, ਸ਼ੰਭੂ ਬਾਰਡਰ।